ਉਹ ਇੱਕ ਬਲਵਿੰਦਰ ਸਿੰਘ ਨੇ ਖੰਨੇ ਦੇ ਰਹਿਣ ਵਾਲੇ ਰਿਟਾਇਰਡ ਹੈਗੇ ਨੇ ਪੁਲਿਸ 'ਚੋਂ ਔਰ ਇਹਨਾਂ ਨੇ ਆਪਣਾ ਪਲਾਟ ਵਾਸਤੇ ਮੀਟਰ ਅਪਲਾਈ ਕੀਤਾ ਸੀਗਾ ਔਰ ਖੰਨੇ ਲਾਈਨਮੈਨ ਲੱਗੇ ਨੇ ਮਨਜਿੰਦਰ ਸਿੰਘ ਖੰਨਾ 2 ਪੰਜਾਬ ਜਿਹੜੀ ਕਾਰਪੋਰੇਸ਼ਨ ਲਿਮਿਟਡ ਦੇ ਵਿੱਚ ਲੱਗੇ ਨੇ ਉੱਥੇ ਜਦੋਂ ਇਹਨਾਂ ਨੇ ਅਪਲਾਈ ਕੀਤਾ ਉਹਨਾਂ ਨੇ ਫਿਰ 15,000 ਦੀ ਡਿਮਾਂਡ ਕੀਤੀ ਵੀ ਤੁਹਾਡਾ ਮੀਟਰ ਤਾਂ ਲੱਗੇ ਉਹ ਕਹਿੰਦੇ 15,000 ਤਾਂ ਜ਼ਿਆਦਾ ਆ ਅਤੇ ਉਹ 12,000 ਰੁਪਇਆ ਜੋ ਕਿ ਮੰਨ ਗਿਆ ਦੇਣ ਨੂੰ ਔਰ ਇਹਦੇ ਵਿੱਚ ਸਾਰਾ ਇੱਕ ਪਰਮਜੀਤ ਸਿੰਘ ਸਾਬਕਾ ਸਰਪੰਚ ਹੈ ਜਿਹੜੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਔਰ ਉਹਦੀ ਉੱਥੇ ਪ੍ਰੋਪਰਟੀ ਡੀਲਿੰਗ ਦੀ ਦੁਕਾਨ ਉਹਨੇ ਪਾਈ ਹੋਈ ਆ ਖੰਨੇ 'ਚ ਇਹਦੇ ਥਰੂ ਇਹ ਮੰਗ ਰਿਹਾ ਸੀਗਾ ਇਹਦੇ ਵਿੱਚ ਇਨਵੋਲਵ ਹੋ ਕੇ ਇਹ ਫਿਰ ਇਹਨੇ ਵਿੱਚ ਜਿੱਦਾਂ ਗੱਲਬਾਤ ਕਰਕੇ ਸਾਰੀ ਸੈਟਿੰਗ ਕਰਾਈ ਅਤੇ ਇਹ ਕਹਿੰਦਾ ਸੀ ਬਿਜਲੀ ਵਾਲਿਆਂ ਨੇ ਮੇਰੀ ਸਾਰੀ ਪੂਰੀ ਗੱਲਬਾਤ ਹੈਗੀ ਆ ਔਰ 2,500 ਰੁਪਇਆ ਇਹਨੇ ਲਾਈਨਮੈਨ ਨੇ ਸਰਪੰਚ ਦੀ ਹਾਜ਼ਰੀ 'ਚ ਹੀ ਉਹ ਲੈ ਲਿਆ ਸੀ ਉੱਦਣ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਆ ਉਸ ਤੋਂ ਬਾਅਦ ਉਹਦਾ ਮਨ ਸੀਗਾ ਵੀ ਮੈਂ ਇਹਨਾਂ ਨੂੰ ਐਕਸ਼ਨ ਕਰਨਾ ਹੈਗਾ ਫਿਰ 9,500 ਰੁਪਇਆ ਸਰਪੰਚ ਨੇ ਲੈ ਲਿਆ ਉਹਦੇ ਕੋਲੋਂ ਦੁਬਾਰਾ ਵੀ ਮੈਂ ਕੋਈ ਨਹੀਂ ਉਹਨੂੰ ਮੈਂ ਦੇ ਦੂੰਗਾ ਇਹਨਾਂ ਨੇ ਰਲ ਮਿਲ ਕੇ ਫਿਰ 12,000 ਰੁਪਇਆ ਲਿਆ ਸੀਗਾ ਔਰ ਇਹਦੀ ਐਂਟੀ ਕਰਪਸ਼ਨ ਐਕਸ਼ਨ ਲਾਈਨ 'ਤੇ ਕੰਪਲੇਂਟ ਉਹਨੇ ਕੀਤੀ ਸੀਗੀ ਬਲਵਿੰਦਰ ਸਿੰਘ ਨੇ ਮੇਰੇ ਕੋਲੋਂ ਇਸ ਤਰ੍ਹਾਂ ਇਹਨਾਂ ਨੇ ਪੈਸੇ ਲਏ ਆ ਮੀਟਰ ਲਾਉਣ ਦੇ ਨਾਂ 'ਤੇ ਉਹਦੇ 'ਚ ਫਿਰ ਇਨਕੁਆਇਰੀ ਮਾਰਕ ਹੋਈ ਸੀਗੀ DSP ਰੇਂਜ ਅਸ਼ਨੀ ਕੁਮਾਰ ਨੂੰ ਉਹ ਇਨਕੁਆਇਰੀ 'ਚ ਹਾਲਾਤ ਸਹੀ ਪਾਏ ਗਏ ਔਰ ਰਿਕਾਰਡਿੰਗ ਵੀ ਉਹਨਾਂ ਨੇ ਕੀਤੀ ਸੀ ਇਸ ਸੰਬੰਧੀ ਔਰ ਇਨਕੁਆਇਰੀ ਤੋਂ ਬਾਅਦ ਮੁਕੱਦਮਾ ਦਰਜ ਕਰਤਾ ਔਰ ਇਹਨਾਂ ਨੂੰ ਦੋਨਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਮਨਜਿੰਦਰ ਸਿੰਘ ਲਾਈਨਮੈਨ ਔਰ ਪਰਮਜੀਤ ਸਿੰਘ ਸਾਬਕਾ ਸਰਪੰਚ ਹੈ ਹੁਣ ਪ੍ਰੋਪਰਟੀ ਲੈਣ ਦਾ ਕੰਮ ਕਰਦੇ ਨੇ ਕੱਲ੍ਹ ਨੂੰ ਉਹਨੂੰ ਅਦਾਲਤ 'ਚ ਪੇਸ਼ ਕਰਾਂਗੇ ਸਰ ਇਹ ਜਿਹੜਾ ਮਾਮਲਾ ਹੈ ਇਹ ਹੁਣ ਤੱਕ ਸਰ ਪਹਿਲਾਂ ਦਾ ਜਿਵੇਂ ਤੁਸੀਂ ਕਿਹਾ ਇਨਕੁਆਇਰੀ ਚੱਲ ਰਹੀ ਸੀ ਇਹ ਆਪਣਾ ਪਿਛਲੇ ਅਪ੍ਰੈਲ ਦੀ ਗੱਲ ਹੈ ਅਪ੍ਰੈਲ ਵਿੱਚ ਪੈਸੇ ਲਏ ਸੀਗੇ ਅਤੇ ਦਰਖਾਸਤ ਸਾਡੇ ਕੋਲ ਕੁਝ ਤੋਂ ਪੈਂਡਿੰਗ ਸੀਗੀ ਉਹ ਵੈਰੀਫਾਈ ਕਰਕੇ ਅਸੀਂ ਕਾਰਵਾਈ ਕੀਤੀ ਅਤੇ ਸਰ ਇਹਨੇ ਦੇ ਪਹਿਲਾਂ ਹੋਰ ਵੀ ਕੋਈ ਹੈਗਾ ਮੁਕੱਦਮਾ ਉਹ ਅਸੀਂ ਵੈਰੀਫਾਈ ਕਰਾਂਗੇ ਵੈਰੀਫਾਈ ਕਰਕੇ ਸਾਰੀ ਕਾਰਵਾਈ ਅਤੇ ਇੱਦਾਂ ਦੇ ਮੀਟਰ ਨੇ ਹੋਰ ਕਿੰਨੇ ਕੁ ਲਗਵਾਇਆ ਗਿਆ ਪੈਸੇ ਲੈ ਕੇ ਉਹ ਸਾਰੀ ਤਫਤੀਸ਼ ਕਰਾਂਗੇ ਤਫਤੀਸ਼ ਚੈੱਕ ਕਰਾਂਗੇ